ਦੋਲਾ ਫਾਟਕ ਦੇ ਬਿਲਕੁਲ ਨਜ਼ਦੀਕ ਅਸੀਂ ਮੌਜੂਦ ਹਾਂ, ਜਿੱਥੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ। ਤਸਵੀਰਾਂ ਦਿਖਾਉਂਦੇ ਹਾਂ ਕਿ ਰੇਲਵੇ ਟਰੈਕ ਪੁਲਿਸ ਸੌਣੀ 'ਚ ਤਬਦੀਲ ਹੋ ਚੁੱਕਿਆ, ਪੁਲਿਸ ਹੀ ਪੁਲਿਸ ਇਸ ਰੇਲਵੇ ਟਰੈਕ 'ਤੇ, ਯਾਨੀ ਕਿ ਦੋਲਾ ਫਾਟਕ ਆ ਜਿਹੜਾ ਇਸ 'ਤੇ ਮੌਜੂਦ ਆ। ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਜਿਨ੍ਹਾਂ ਨੇ ਧਰਨਾ ਲਾਉਣਾ ਸੀ ਆਉਣ ਨਹੀਂ ਦਿੱਤਾ ਗਿਆ। ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੀ ਗੱਲ ਕਰਾਂਗੇ, ਉਹਨਾਂ ਨੂੰ ਉਹਨਾਂ ਦੇ ਪਿੰਡ ਤਲਾਣੀਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉੱਥੇ ਹੀ ਨਜ਼ਰਬੰਦ ਕਰ ਲਿਆ ਗਿਆ ਹੈ। ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ, ਮੈਂ ਅਮਨਦੀਪ ਸਿੰਘ ਮਾਝਾ। ਮੈਂਬਰ ਪਾਰਲੀਮੈਂਟ ਸੰਗਰੂਰ ਸਿਮਰਨਜੀਤ ਸਿੰਘ ਮਾਨ ਨੇ ਕਾਲ ਦਿੱਤੀ ਸੀ ਕਿ 1 ਫਰਵਰੀ ਨੂੰ ਧੂਰੀ ਵਿਖੇ ਦੋਹਲਾ ਫਾਟਕ 'ਤੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਦੋਹਲਾ ਫਾਟਕ ਦੇ ਬਿਲਕੁਲ ਨਜ਼ਦੀਕ ਅਸੀਂ ਮੌਜੂਦ ਹਾਂ, ਜਿੱਥੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ। ਤਸਵੀਰਾਂ ਦਿਖਾਉਂਦੇ ਹਾਂ ਕਿ ਰੇਲਵੇ ਟਰੈਕ ਪੁਲਿਸ ਸੌਣੀ 'ਚ ਤਬਦੀਲ ਹੋ ਚੁੱਕਿਆ, ਪੁਲਿਸ ਹੀ ਪੁਲਿਸ ਇਸ ਰੇਲਵੇ ਟਰੈਕ 'ਤੇ, ਯਾਨੀ ਕਿ ਦੋਹਲਾ ਫਾਟਕ ਆ ਜਿਹੜਾ ਇਸ 'ਤੇ ਮੌਜੂਦ ਆ। ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਜਿਨ੍ਹਾਂ ਨੇ ਧਰਨਾ ਲਾਉਣਾ ਸੀ ਆਉਣ ਨਹੀਂ ਦਿੱਤਾ ਗਿਆ। ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੀ ਗੱਲ ਕਰਾਂਗੇ, ਉਹਨਾਂ ਨੂੰ ਉਹਨਾਂ ਦੇ ਪਿੰਡ ਤਲਾਣੀਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉੱਥੇ ਹੀ ਨਜ਼ਰਬੰਦ ਕਰ ਲਿਆ ਗਿਆ ਹੈ। ਅਤੇ ਉਸ ਤੋਂ ਬਾਅਦ ਲੱਖੇ ਸਿਧਾਣੇ ਨੇ ਆਉਣਾ ਸੀ, ਹੋਰ ਕਾਫੀ ਮਤਲਬ ਆਗੂਆਂ ਨੇ ਇੱਥੇ ਪਹੁੰਚਣਾ ਸੀ, ਜਥੇਬੰਦੀਆਂ ਦੇ ਆਗੂਆਂ ਨੇ, ਕਿ ਵੱਡਾ ਇਕੱਠ ਹੋਣਾ, ਪਰ ਉਹ ਇਕੱਠ ਪੰਜਾਬ ਪੁਲਿਸ ਨੇ ਨਹੀਂ ਹੋਣ ਦਿੱਤਾ ਅਤੇ ਵੱਡੇ ਪ੍ਰਦਰਸ਼ਨ ਨੂੰ 1 ਫਰਵਰੀ ਦੇ ਨੂੰ ਰੋਕ ਦਿੱਤਾ ਹੈ। ਜੇ ਗੱਲਬਾਤ ਕਰੀਏ, ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਕਿ ਬੈਰੀਗੇਡਿੰਗ ਪੁਲਿਸ ਨੇ ਕੀਤੀ ਹੋਈ ਆ ਜਗ੍ਹਾ ਜਗ੍ਹਾ, ਪਟਿਆਲੇ ਤੋਂ, ਸੰਗਰੂਰ ਤੋਂ, ਉੱਧਰੋਂ ਮਲੇਰਕੋਟਲੇ ਤੋਂ, ਕਿਸੇ ਵੀ ਪਾਸੇ ਤੋਂ ਧੂਰੀ 'ਚ ਐਂਟਰੀ ਨਹੀਂ ਹੋਣ ਦਿੱਤੀ ਜਾ ਰਹੀ। ਗੱਡੀਆਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਕਿ ਕੌਣ ਜਾ ਰਿਹਾ, ਯਾਨੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕਿਸੇ ਵੀ ਸਮਰਥਕ ਨੂੰ ਜਾਂ ਕਿਸੇ ਵੀ ਆਗੂ ਨੂੰ ਜਿਨ੍ਹਾਂ ਨੇ ਪ੍ਰਦਰਸ਼ਨ 'ਚ ਸ਼ਾਮਲ ਹੋਣਾ ਸੀ ਕਿ ਰੇਲਵੇ ਟਰੈਕ ਰੋਕਾਂਗੇ, ਉਹਨਾਂ ਨੂੰ ਇੱਥੇ ਪਹੁੰਚਣ ਨਹੀਂ ਦਿੱਤਾ ਗਿਆ। ਅਤੇ ਰੇਲਵੇ ਟਰੈਕ ਬਿਲਕੁਲ, ਤਸਵੀਰਾਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਰੇਲਵੇ ਟਰੈਕ ਆ ਜਿਹੜਾ ਧੂਰੀ ਜੰਕਸ਼ਨ, ਜਿੱਥੇ ਵੱਡਾ ਪ੍ਰਦਰਸ਼ਨ ਕਰਨਾ ਸੀ, ਫਾਟਕ 'ਤੇ ਪ੍ਰਦਰਸ਼ਨ ਹੋਣਾ ਸੀ, ਉਹ ਬਿਲਕੁਲ ਰੇਲਵੇ ਟਰੈਕ ਖਾਲੀ ਆ, ਯਾਨੀ ਕਿ ਰੇਲਾਂ ਚੱਲ ਰਹੀਆਂ ਨੇ, ਆ ਜਾ ਸਕਦੀਆਂ ਨੇ। ਅਤੇ ਆਲੇ ਦੁਆਲੇ ਪੁਲਿਸ ਪ੍ਰਸ਼ਾਸਨ ਸੈਂਕੜੇ ਦੀ ਗਿਣਤੀ 'ਚ ਇੱਥੇ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ। ਅਤੇ ਆਲੇ ਦੁਆਲੇ ਸਾਰੇ ਸ਼ਹਿਰਾਂ 'ਚੋਂ ਕਿਤੇ ਨਾ ਕਿਤੇ ਗੱਲਬਾਤ ਆ ਜਿਹੜੀ ਉਹ ਇਹ ਆ ਰਹੀ ਆ ਕਿ ਕਿਸੇ ਵੀ ਆਗੂ ਨੂੰ ਇੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ, ਰਸਤੇ 'ਚ ਹੀ ਰੋਕੇ ਜਾ ਰਹੇ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਦੋਹਤਾ ਨੇ ਗੋਬਿੰਦ ਸਿੰਘ ਸੰਧੂ, ਉਹਨਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਹੈ, ਉਹਨਾਂ ਨੂੰ ਵੀ ਇੱਥੇ ਪਹੁੰਚਣ ਨਹੀਂ ਦਿੱਤਾ ਗਿਆ। ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਈਆਂ ਨੇ ਕਿ ਜਿਹੜਾ ਪ੍ਰਦਰਸ਼ਨ 1 ਫਰਵਰੀ ਨੂੰ ਹੋਣਾ ਸੀ ਉਸ ਪ੍ਰਦਰਸ਼ਨ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ, ਪੁਲਿਸ ਨੇ ਕਿਤੇ ਨਾ ਕਿਤੇ ਫਲੋਪ ਕਰ ਦਿੱਤਾ ਹੈ ਅਤੇ ਉਹ ਪ੍ਰਦਰਸ਼ਨ ਨਹੀਂ ਹੋਣ ਦਿੱਤਾ ਗਿਆ। ਸੋ ਲਗਾਤਾਰ ਪੁਲਿਸ ਪ੍ਰਸ਼ਾਸਨ, ਪੂਰਾ ਸੰਗਰੂਰ, ਪਟਿਆਲਾ, ਬਾਹਰਲੇ ਸਟੇਸ਼ਨਾਂ ਦੀ ਪੁਲਿਸ ਇੱਥੇ ਪਹੁੰਚੀ ਹੋਈ ਆ, ਪੂਰੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਆ ਕਿ ਜਿਹੜਾ ਪ੍ਰਦਰਸ਼ਨ ਰੇਲਵੇ ਟਰੈਕ ਜਾਮ ਕਰਨਾ ਉਹ ਨਹੀਂ ਕਰਨ ਦਿੱਤਾ ਜਾਵੇਗਾ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਪਿੰਡ ਨਜ਼ਰਬੰਦ ਕੀਤੇ ਗਏ ਨੇ, ਤਸਵੀਰਾਂ ਪਲ ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ। ਕੈਮਰਾਮੈਨ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਸੈਂਟਰਲ ਪੰਜਾਬ ਟੀਵੀ।